ਬਈਆ ਪੁੱਤ ਉਹ ਕੀ ਹੈ ਤੇਰਾ ਵਿਆਹ ਕਿਉਂ ਸਤਿ ਸ਼੍ਰੀ ਅਕਾਲ ਦੋਸਤੋ ਇਹ ਹੈ ਪੰਜਾਬ ਟੀਵੀ ਅਤੇ ਤੁਸੀਂ ਦੇਖ ਰਹੇ ਹੋ ਫਿਲਮ ਮੇ ਫਾਇਰ ਕਮਲਜੀਤ ਕੌਰ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਨਿੱਕਾ ਜੈਲਦਾਰ ਯਾਨੀ ਕਿ ਐਮੀ ਵਿਰਕ ਲੈ ਕੇ ਆ ਰਹੇ ਨੇ ਐਂਟਰਟੇਨਮੈਂਟ ਦੀ ਡਬਲ ਡੋਜ਼ ਨਿੱਕਾ ਜੈਲਦਾਰ 2 ਦੇ ਨਾਲ ਮੈਨੂੰ ਇੱਕ ਨਹੀਂ ਜੁੜਦੀ ਤੂੰ ਦੋ ਦੋ ਭਾਲਦਾ ਪਹਿਲਾਂ ਤੂੰ ਉਹਨਾਂ ਦੀ ਨੋਹ ਦੱਬੀ ਬੈਠਾ ਹੁਣ ਕੁੜੀ ਭਾਲਦਾ ਜਿਸ ਨੂੰ ਡਾਇਰੈਕਟ ਕੀਤਾ ਸਿਮਰਜੀਤ ਸਿੰਘ ਨੇ ਅਤੇ ਪ੍ਰੋਡਿਊਸ ਕੀਤਾ ਅਮਨੀਤ ਸਿੰਘ ਨੇ ਮੇਰਾ ਤਾਂ ਨਾ ਜੀ ਕਰਦਾ ਕਿ ਮੈਂ ਨਾ ਤੇਰੇ ਪਟ ਦਾ ਸਰਹਣਾ ਲੈ ਕੇ ਸੌਵਾਂ ਅੱਜ ਕੱਲ ਤੂੰ ਕੋਈ ਬਹੁਤੀਆਂ ਚੱਕਵੇਂ ਚਿੱਠੀਆਂ ਲਿਖਣ ਲੱਗ ਪਈ ਐਂਟਰਟੇਨਮੈਂਟ ਕਾਮੇਡੀ ਅਤੇ ਪੰਜਾਬੀ ਵਿਰਾਸਤ ਵਾਲੀ ਇਸ ਮੂਵੀ ਵਿੱਚ ਤੁਹਾਨੂੰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਐਮੀ ਵਿਰਕ ਸੋਨਮ ਬਾਜਵਾ ਅਤੇ ਵਾਮਿਕਾ ਗੱਬੀ ਇਸ ਤੋਂ ਇਲਾਵਾ ਬੇਬੇ ਬਾਪੂ ਦੇ ਰੋਲ ਵਿੱਚ ਨਜ਼ਰ ਆਉਣਗੇ ਤੁਹਾਨੂੰ ਨਿਰਮਲ ਰਿਸ਼ੀ ਅਤੇ ਸਰਦਾਰ ਸੋਹੀ ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਨਜ਼ਰ ਆ ਰਹੇ ਨੇ ਸੱਤਰ ਦੇ ਦਹਾਕੇ ਤੋਂ ਬਣੀ ਇਸ ਮੂਵੀ ਵਿੱਚ ਨਿੱਕਾ ਜੈਲਦਾਰ ਦੀ ਕੈਮਿਸਟਰੀ ਦੋ ਕੁੜੀਆਂ ਦੇ ਨਾਲ ਦਿਖਾਈ ਜਾਂਦੀ ਹੈ ਇੱਕ ਕੁੜੀ ਨਾਲ ਉਸਦਾ ਘਰ ਦੇ ਧੱਕੇ ਨਾਲ ਵਿਆਹ ਕਰ ਦਿੰਦੇ ਆ ਤੇ ਦੂਜੀ ਕੁੜੀ ਦੇ ਨਾਲ ਉਸਨੂੰ ਪਿਆਰ ਹੋ ਜਾਂਦਾ ਹੈ ਸੋ ਨਿੱਕਾ ਜੈਲਦਾਰ ਕਿਵੇਂ ਇਹਨਾਂ ਦੋਨਾਂ ਵਿੱਚ ਬੈਲੈਂਸ ਬਿਠਾਉਂਦਾ ਹੈ ਅਤੇ ਇਹਨਾਂ ਬੈਲੈਂਸ ਬਿਠਾਉਣ ਦੇ ਮੁੱਦੇ ਵਿੱਚ ਕਿੰਨਾ ਕੁ ਮਜ਼ਾ ਆਉਂਦਾ ਹੈ ਕਿੰਨਾ ਕੁ ਹਾਸਾ ਪੈਂਦਾ ਹੈ ਅਤੇ ਦਰਸ਼ਕਾਂ ਦਾ ਕਿੰਨਾ ਕੁ ਮਨੋਰੰਜਨ ਹੁੰਦਾ ਹੈ ਇਹ ਤਾਂ ਉਹਨਾਂ ਤੋਂ ਹੀ ਪਤਾ ਲੱਗੇਗਾ ਜੋ ਇਸ ਮੂਵੀ ਨੂੰ ਦੇਖ ਕੇ ਆਏ ਨੇ ਸੋ ਜਾਣਦੇ ਹਾਂ ਦਰਸ਼ਕਾਂ ਤੋਂ ਕਿ ਉਹਨਾਂ ਨੂੰ ਨਿੱਕਾ ਜੈਲਦਾਰ ਕਿਵੇਂ ਦੀ ਲੱਗੀ ਬਹੁਤ ਬੜੀਆ ਸੀ ਮੂਵੀ 5 ਆਊਟ ਆਫ 5 ਬਹੁਤ ਵਧੀਆ ਲੱਗੀ ਠੀਕ ਬਹੁਤ ਵਧੀਆ ਜੀ ਬਹੁਤ ਵਧੀਆ ਕੈਮ ਮੌਸਮ This is the biggest torture ever, I guess. First half ta fully faltu hai. Vadiya. Okay, okay. Vadiya, vadiya. Nice. ਬਹੁਤ ਵਧੀਆ ਲੱਗੀ ਮੂਵੀ ਬਹੁਤ ਵਧੀਆ ਜੀ ਬੇਬੀ ਦੀ ਐਕਟਿੰਗ ਬਹੁਤ ਵਧੀਆ ਸੀ 4 ਦੇਣਾ ਚਾਹਾਂਗੇ 3.5 ਬਹੁਤ ਸੋਹਣੀ ਫਿਲਮ ਹੈ ਇਹ ਪੂਰਾ ਐਂਟਰਟੇਨਮੈਂਟ ਹੈ ਐਂਡ ਬਹੁਤ ਇੰਜੋਏ ਹੋ ਰਿਹਾ ਬਹੁਤ ਸੋਹਣੀ 5 ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਹੋ ਰਿਹਾ ਜੀ ਠੀਕ ਠਾਕ ਹੈ ਬਹੁਤ ਸੋਹਣੀ ਮੂਵੀ ਸੀ ਬਹੁਤ ਬੰਬ ਜੀ ਕੋਕਾ ਵਧੀਆ ਜੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੱਗੀ ਬਹੁਤ ਵਧੀਆ ਬਹੁਤ ਸੇਰਾ ਮੂਵੀ ਹੈ ਜੀ ਐਂਡ ਔਸਮ 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 ਬਹੁਤ ਵਧੀਆ ਮੂਵੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਐਨ ਵਧੀਆ ਐਨ ਬਹੁਤ ਵਧੀਆ ਸੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਸਾਰਾ ਮੂਵੀ ਬੜੇ ਵਧੀਆ ਬਹੁਤ ਵਧੀਆ ਮੂਵੀ ਸੀ ਜੀ ਬਹੁਤ ਵਧੀਆ ਸੀ ਬੇਬੇ ਦੀ ਐਕਟਿੰਗ ਸਟਾਰ 3.5 ਬਹੁਤ ਵਧੀਆ ਜੀ ਔਸਮ ਮੂਵੀ ਹੈ ਬਹੁਤ ਵਧੀਆ ਫਿਲਮ ਗੁੱਡ ਗੁੱਡ ਨਾਈਟ ਠੀਕ ਹੈ ਇਤਨੀ ਵੀ ਅੱਛੀ ਨਹੀਂ ਹੈ ਮਤਲਬ ਵਨ ਟਾਈਮ ਵਾਚ ਬਹੁਤ ਵਧੀਆ ਮੂਵੀ ਹੈ ਜੀ ਇੰਟਰਟੇਨਮੈਂਟ ਦੇ ਨਾਲ ਨਾਲ ਫੈਮਿਲੀ ਮੂਵੀ ਹੈ ਬੜਾ ਸਵਾਦ ਆ ਮੈਂ ਆਪਣੀ ਫੈਮਿਲੀ ਨਾਲ ਆਇਆ ਬੜਾ ਇੰਜੋਏ ਕੀਤਾ ਮੂਵੀ ਐਵੇਂ ਵਿਰਕ ਜੀ ਬੈਸਟ ਆਫ ਲੱਕ ਇਹ ਜੀ ਮੂਵੀਆਂ ਕੱਢਦੇ ਰਹੋ ਅਸੀਂ ਆਈ ਦੇਖਦੇ ਆਵਾਂਗੇ ਬਹੁਤ ਸੋਹਣੀ ਸੀ ਕਿੰਨੇ ਸਟਾਰ ਦੇਣਾ ਚਾਹੋਗੇ 5 ਵਿੱਚ ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਅੱਛੇ ਰਿਸਪੌਂਸ ਆ ਰਹੇ ਹਰ ਕੋਈ ਕਹਿ ਰਿਹਾ ਹੈ ਕਿ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਸੋ ਮੈਂ ਵੀ ਜਾ ਰਹੀ ਹਾਂ ਇਸ ਮੂਵੀ ਨੂੰ ਦੇਖਣ ਤੇ ਤੁਸੀਂ ਵੀ ਜਾਓ ਇਸ ਮੂਵੀ ਨੂੰ ਦੇਖਣ ਆਪਣੇ ਨਜ਼ਦੀਕੀ ਸਿਨੇਮਾ ਘਰਾਂ 'ਚ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ ਸੋ ਇਹ ਸੀ ਸਾਡਾ ਇਸ ਹਫਤੇ ਦਾ ਫਿਲਮੀ ਫਾਇਰ ਅਗਲੇ ਹਫਤੇ ਫਿਰ ਕਿਸੇ ਨਵੀਂ ਮੂਵੀ ਦੇ ਰਿਵਿਊ ਦੇ ਨਾਲ ਮਿਲਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ